ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਜੀ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੀ ਆਪਣੀ ਚੈਨਲ ਰਮਣੀ ਸਿੱਤੀ ਉਤੇ ਅਤੇ ਸਵਾਗਤ ਕਰਦੇ ਹਾਂ ਸਰਨ ਦੇ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਬੈਟੇਸਟ ਵੀਡੀਓ ਆ ਉਹ ਸਭ ਤੋਂ ਪਹਿਲਾਂ ਮਿਲੇ ਸੋ ਇਸ ਚੈਨਲ ਦੇ ਤੇ ਪੀਐਸਟ ਐਸਟੈਟ ਐਂਡ ਮਾਸਟਰ ਗੈਟ ਦੇ ਦੀ ਪ੍ਰੀਪਰੇਸ਼ਨ ਕਰਵਾਈ ਜਾਂਦੀ ਹੈ ਸੋ ਘਰ ਬੈਠੇ ਹੀ ਵਧੀਆ ਤਰੀਕੇ ਦੇ ਨਾਲ ਪ੍ਰੀਪਰੇਸ਼ਨ ਸਮਸਟ ਕਿਨਸਵੰਤ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਇਕਨੋਮਿਕਸ ਇੰਗਲਿਸ਼ ਨੀਆ ਵੀਡੀਓ ਇਸ ਚੈਨਲ ਤੇ ਅਪਲੋਡ ਕੀਤੇ ਜਾਂਦੇ ਨੇ ਉਹ ਸਾਰੀਆਂ ਸਾਰੀਆਂ ਤੁਸੀਂ ਜਿਹੜਾ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋਗੇ ਹੋ। ਔਰ ਇਸ ਚੈਨਲ ਦੇ ਉੱਤੇ ਲਾਈਵ ਕਲਾਸ ਜੋ ਟਾਈਮਿੰਗ ਹੈ 4 ਵਜੇ ਪੰਜਾਬੀ ਦੀ ਕਲਾਸ ਹੈ ਤੇ 5:30 ਵਜੇ ਐਸਐਸਟੀ ਦੀ ਕਲਾਸ ਹੈ। ਦੋ ਦਿਨ ਹਿਸਟਰੀ ਦੀ ਕਲਾਸ ਹੁੰਦੀ ਹੈ ਤੇ ਦੋ ਦਿਨ ਪੋਲੀਟੀਕਲ ਸਾਇੰਸ ਦੀ ਕਲਾਸ ਹੁੰਦੀ ਹੈ। ਔਰ ਲਾਸਟ ਵਿੱਚ ਇੱਕ ਕੰਟੈਕਟ ਨੰਬਰ ਦਿੱਤਾ ਹੈ ਜਿਸ ਤੇ ਉੱਪਰ ਕੰਟੈਕਟ ਕਰਕੇ ਤੁਸੀਂ WhatsApp ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ ਇਹ PDFਸ ਜਿਹੜੀਆਂ ਮਿਲਦੀਆਂ ਨੇ ਨੀਆਂ ਔਰ ਨਾਲ ਹੀ ਜਿਹੜੇ ਆਨਲਾਈਨ ਟੈਸਟਸ ਨੇ ਉਹ ਵੀ ਤੁਹਾਨੂੰ ਇੱਥੇ ਅਵੇਲੇਬਲ ਹੁੰਦੇ ਰਹਿਣਗੇ ਜਿਨ੍ਹਾਂ ਨਾਲ ਤੁਸੀਂ ਇੱਕ ਬੈਟਰ ਤਰੀਕੇ ਨਾਲ ਆਪਣੀ ਪ੍ਰੈਪਰੇਸ਼ਨ ਉਹ ਕਰ ਸਕਦੇ ਹੈਗੇ ਹੋ ਤਾਂ ਸ਼ੁਰੂ ਕਰਦੇ ਆਂ ਅੱਜ ਦੇ ਸੈਸ਼ਨ ਸੋ ਜੀਓਗ੍ਰਾਫੀ ਦਾ ਜਿਹੜਾ ਲੈਟੀਟਿਊਡ ਐਂਡ ਲੌਂਗੀਟਿਊਡ ਪਾਰਟ ਨੰਬਰ ਜਿਹੜਾ ਫਸਟ ਅਸੀਂ ਡਿਸਕਸ ਕਰਾਂਗੇ ਜੋ ਬਹੁਤ ਇੰਪੋਰਟੈਂਟ ਹੈ ਇਸ ਨੂੰ ਸਮਝਣ ਦੇ ਲਈ ਅਸੀਂ ਇਸ ਦੇ ਵਿੱਚ ਕਾਫੀ ਸਾਰੇ ਜਿਹੜੇ ਪਾਰਟ ਆਫ ਐਡ ਕਰਾਂਗੇ ਸੋ ਪਾਰਟ ਨੰਬਰ ਫਸਟ ਹੈ ਸੋ ਸ਼ੁਰੂ ਕਰਦੇ ਹਾਂ ਫਸਟ ਕੁਐਸਚਨ सो फस्ट क्वेश्चन है जी बोर्ड ऑफ लोंगीट्यूड की स्थापना कदों की गई है सो ऑप्शन एक है जी अठारह सौ अठ उन्नीस सौ अठत् दो है सतारह सौ चौदह के अठारह सौ चार ऑप्शन तीन है उन्नीस सौ दस राइट आंसर इस तरह ਬੀ ਆਪਸ਼ਨ ਹੈ ਸੋ ਬੋਰਡ ਆਫ ਲੰਗੀਟਿਊਡ ਦੀ ਸਥਾਪਨਾ ਜਿਹੜੀ ਕੀਤੀ ਗਈ ਆ ਉਹ 1714 ਦੇ ਵਿੱਚ ਕੀਤੀ ਗਈ ਹੈ ਜਿਹਦੇ थ्रू ਅਸੀਂ ਕਹਿ ਸਕਦੇ ਹਾਂ ਕਿ ਧਰਤੀ ਦੇ ਵਿੱਚ ਜੋ ਨੈਟ ਬਣਿਆ ਹੋਇਆ ਹੈਗਾ ਗਲੋਬ ਦੇ ਉੱਪਰ ਇੱਕ ਨੈਟ ਬਣਿਆ ਹੋਇਆ ਹੈ ਲੈਟੀਟਿਊਡ ਔਰ ਲੰਗੀਟਿਊਡ ਦਾ ਉਹਨੂੰ ਸਮਝਣ ਦੇ ਲਈ ਜਿਹੜਾ ਸਾਰਾ ਕੁਝ ਇਹ ਕ੍ਰੀਏਟ ਕੀਤਾ ਸੀ ਸ਼ੁਰੂਆਤ ਦੇ ਵਿੱਚ ਕਹਿ ਸਕਦੇ ਹਾਂ ਇੱਥੋਂ ਸ਼ੁਰੂਆਤ ਹੋਈ ਹੈ ਬੋਰਡ ਆਫ ਲੰਗੀਟਿਊਡ ਤੋਂ ਠੀਕ ਹੈ ਹੌਲੀ ਹੌਲੀ ਉਸ ਨੂੰ ਅਸੀਂ ਲੰਗੀਟਿਊਡ ਐਂਡ ਲੈਟੀਟਿਊਡ ਦੇ ਵਿੱਚ ਡਿਵਾਈਡ ਕਰਕੇ ਇੱਕ ਪੂਰੇ ਦਾ ਪੂਰਾ ਜਿਹੜਾ ਨੈਟ ਆ ਉਹ ਪੂਰੇ ਗਲੋਬ ਦੇ ਉੱਪਰ ਕ੍ਰੀਏਟ ਕਰ ਦਿੱਤਾ ਸੀ ਨ ਦੋ ਨੰਬਰ ਤੈਨ ਸਈ ਪੁਰਖ ਸਾਲ ਪਹਿਲਾਂ ਕਿਸ ਨੇ ਆਕਾਂਸ਼ਸ਼ ਅਤੇ ਦੇਸ਼ਾਂਤਰ ਦਾ ਜਿਹੜਾ ਜਾਲ ਬਣਾਇਆ ਸੀ ਸੋ ਆਪਸ਼ਨ 1 ਹੈ ਜੀ ਜੋਹਨ ਐਹਰਿਸਨ ਆਪਸ਼ਨ 2 ਹੈ ਗੈਲੀਲਿਓ ਆਪਸ਼ਨ 3 ਹੈ ਹਿਪੋਕ੍ਰਕਸ ਅਤੇ ਆਪਸ਼ਨ 3 4 ਹੈ ਐਮਰੀਕੋ ਬੈਸੀਪੁਕ ਸੋ ਰਾਈਟ ਆਨਸਰ ਹੈ ਇਸ ਦਾ ਸੀ অপਸ਼ਨ ਸੋ 300 ਇਸਵੀ ਪੂਰਵ ਸਾਲ ਪਹਿਲਾਂ ਜਿਹੜਾ ਲੈਟੀਟਿਊਡ ਤੇ ਲੌਂਗੀਟਿਊਡ ਜਿਹੜੇ ਬਣਾਏ ਗਏ ਨੇ ਇਹਨਾਂ ਦਾ ਇੱਕ ਨੈਟ ਜਿਹੜਾ ਪੂਰੇ ਗਲੋਬ ਦੇ ਉੱਪਰ ਬਣਾਇਆ ਗਿਆ ਸੀ ਇਹ ਹਿਪੋਰਕਸ ਦੇ ਦੁਆਰਾ ਬਣਾਇਆ ਗਿਆ ਸੀ ਜੋ ਪੂਰੇ ਦੇ ਪੂਰੇ ਕੰਟੀਨੈਂਟ ਨੂੰ ਜਾਂ ਪੂਰੀ ਅਰਥ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਔਰ ਰਿਪਰੈਜ਼ੈਂਟ ਜਿਹੜਾ ਕਰਦਾ ਸੀ ਨੈਕਸਟ ਹੈ 10 ਨੰਬਰ ਗ੍ਰੀਨਵਿਚ ਨੂੰ ਕੋਮਾ ਤਰੀ ਭਾਈਚਾਰ ਦੇ ਭਾਈਚਾਰੇ ਨੇ ਕਦੋਂ ਆਰੰਭਕ ਦੇਸ਼ਾਤਰ ਮੰਨਿਆ ਗਿਆ ਹੈ ਸੋ ਆਪਸ਼ਨ 1 ਹੈ ਜੀ 1802 ਦੇ ਵਿੱਚ ਆਪਸ਼ਨ 2 ਹੈ 1843 ਦੇ ਵਿੱਚ ਆਪਸ਼ਨ 3 ਹੈ 1902 ਦੇ ਵਿੱਚ ਅਤੇ ਆਪਸ਼ਨ 4 ਹੈ 1884 ਦੇ ਵਿੱਚ ਸੋ ਗ੍ਰੀਨਵਿਚ ਇੱਕ ਅਜਿਹੀ ਲਾਈਨ ਹੈ ਜਿੱਥੋਂ ਕਹਿ ਸਕਦੇ ਹਾਂ ਸਾਡਾ ਟਾਈਮ ਪੀੜ ਸ਼ੁਰੂ ਹੁੰਦਾ ਹੈ ਜ਼ੀਰੋ ਸਟਾਰਟਿੰਗ ਹੁੰਦੀ ਹੈ ਉੱਥੋਂ ਟਾਈਮ ਜਿਹੜਾ ਅਗਰ ਅਸੀਂ ਈਸਟਰਨ ਸਾਈਡ ਜਾਗੇ ਤਾਂ ਉਹਦੇ ਨਾਲ ਸਾਡਾ ਜਿਹੜਾ ਕਹਿ ਸਕਦੇ ਹਾਂ ਟਾਈਮ ਉਹ ਵਧਦਾ ਜਾਂਦਾ ਹੈ ਅਗਰ ਅਸੀਂ ਵੈਸਟਰਨ ਸਾਈਡ ਜਾਗੇ ਤਾਂ ਉਹਦੇ ਨਾਲ ਟਾਈਮ ਜਿਹੜਾ ਉਹ ਘਟਦਾ ਜਾਂਦਾ ਹੈ ਮਾਈਨਸ ਦੇ ਵਿੱਚ ਜਿਹੜਾ ਚਲਾ ਜਾਂਦਾ ਹੈ ਨਾਲ-ਨਾਲ ਤੇ ਜੀ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਠੀਕ ਹੈ ਸੋ ਗ੍ਰੀਨਵਿਚ ਆਫ ਸਟਾਰਟਿੰਗ ਹੈ ਟਾਈਮਿੰਗ ਦੀ ਜਾਂ ਲੌਂਗੀਟਿਊਡ ਦੀ ਹੈ ਨਾ ਸੋ ਅਸੀਂ ਕਹਿ ਸਕਦੇ ਹਾਂ ਸੋ ਰਾਈਟ ਆਨਸਰ ਇਸ ਦਾ ਡੀ অপਸ਼ਨ 1884 ਦੇ ਵਿੱਚ ਗ੍ਰੀਨਵਿਚ ਨੂੰ ਜਿਹੜਾ ਹੈ ਕੌਮੀ ਧਾਰੇ ਪਾਈ ਚਾਰੇ ਨੇ ਆਰੰਭਿਕ ਦਿਸ਼ਾ ਧਾਰ ਜਿਹੜਾ ਮੰਨਿਆ ਸੀ ਜਿੱਥੋਂ ਟਾਈਮ ਨੂੰ ਅਸੀਂ ਸ਼ੁਰੂਆਤ ਮੰਨਦੇ ਹਾਂ ਠੀਕ ਹੈ ਜੀ ਨੈਕਸਟ ਹੈ ਜੀ ਚਾਰ ਨੰਬਰ ਆਕਾਸ਼ੀਸ਼ ਜਾਂ ਲੈਟੀਟਿਊਡ ਕੀ ਨੇ ਸੋ ਆਪਸ਼ਨ 1 ਹੈ ਜੀ ਭੂਮਧ ਰੇਖਾ ਤੋਂ ਉੱਤਰ ਜਾਂ ਦੱਖਣ ਵੱਲ ਦੀਆਂ ਰੇਖਾਵਾਂ অপਸ਼ਨ 2 ਹੈ ਭੂਮਧ ਰੇਖਾ ਤੋਂ ਪੂਰਬ ਜਾਂ ਪੱਛਮ ਵੱਲ ਵਾਲੀਆਂ ਰੇਖਾਵਾਂ অপਸ਼ਨ 3 ਹੈ ਦੋਨੋਂ ਅਤੇ অপਸ਼ਨ 4 ਹੈ ਕੋਈ ਨਹੀਂ ਰਾਈਟ ਆਨਸਰ ਇਸਦਾ ਇਹ অপਸ਼ਨ ਸੋ ਲੈਟਿਟਿਊਡ ਜਾਂ ਕਾਸ਼ਿਸ਼ ਜਿਹੜੇ ਹੁੰਦੇ ਹੈਗੇ ਨੇਗੇ ਸੋ ਇਹ ਭੂਮਧ ਰੇਖਾ ਤੋਂ ਉਹ ਮਤ ਰੇਖਾ ਤੋਂ ਜਿਹੜੇ ਕਹਿ ਸਕਦੇ ਹੈਗੇ ਜਾਂਦੇ ਆ ਉੱਤਰ ਤੇ ਦੱਖਣ ਦੇ ਵਿੱਚ ਆਉਂਦੀਆਂ ਇਹ ਸਾਡਾ ਗਲੋਬ ਜੁਆ ਜਾਂਦਾ ਹੈ ਸੈਂਟਰ ਦੇ ਵਿੱਚ ਸਾਡੀ ਜਿਹੜੀ ਇਕਵੇਟਰ 0 ਡਿਗਰੀ ਦੇ ਉੱਪਰ ਕ੍ਰੋਸ ਕਰਦੀ ਹੈ ਸੋ ਇਸ ਤੇ ਉੱਤਰ ਵੱਲ ਨੂੰ ਆ ਪਾਰਟ ਔਰ ਜਿਹੜਾ ਦੱਖਣ ਵਾਲਾ ਪਾਰਟ ਹੈ ਉਸ ਦੇ ਵਿੱਚ ਇਸ ਤਰੀਕੇ ਦੇ ਨਾਲ ਜੋ ਸਾਨੂੰ ਮਿਲਦੀਆਂ ਹੈਗੀਆਂ ਨਿਰਖਾਵਾਂ ਉਸ ਨੂੰ ਅਸੀਂ ਕਹਿ ਸਕਦੇ ਹਾਂ ਲੈਟੀਟਿਊਡ ਕਹਿੰਦੇ ਹਾਂ ਠੀਕ ਹੈ ਜੀ ਨੈਕਸਟ ਹੈ ਜੀ 5 ਨੰਬਰ ਆਕਾਸ਼ੀਅ ਨੂੰ ਕਿਸ ਤਰ੍ਹਾਂ ਹੀ ਦਰਸਾਇਆ ਜਾਂਦਾ ਹੈ ਸੋ ਆਪਸ਼ਨ 1 ਹੈ ਜੀ ਡਿਗਰੀ ਆਪਸ਼ਨ 2 ਹੈ ਮਿੰਟ ਆਪਸ਼ਨ 3 ਹੈ ਸੈਕਿੰਡ ਅਤੇ ਆਪਸ਼ਨ 4 ਹੈ ਜੀ ਸਾਰੇ ਸੋ ਰਾਈਟ ਆਨਸਰ ਹੈ ਜਿਸ ਦਾ ਡੀ ਆਪਸ਼ਨ ਸੋ ਕਾਂਸ਼ ਜਿਹੜੇ ਲੈਟੀਟਿਊਡ ਹੈ ਜਿਹੜੇ ਉਸ ਨੂੰ ਅਸੀਂ ਡਿਗਰੀ ਮਿੰਟ ਤੇ ਸੈਕਿੰਡ ਦੇ ਵਿੱਚ ਜਿਹੜਾ ਐਕਸਪਲੇਨ ਕਰਦੇ ਹੈਗੇ ਕਿ ਜਾਂ ਅੰਦਰ ਸੌਂਦੇ ਹੈਗੇ ਐਗਜ਼ਾਮਪਲ ਦੇ ਲਈ 30 ਡਿਗਰੀ 22 ਮਿੰਟ ਔਰ 1 ਸੈਕਿੰਡ ਸੋ ਇਸ ਤਰੀਕੇ ਦੇ ਨਾਲ ਅਸੀਂ ਪੂਰੇ ਦੇ ਪੂਰੇ ਲੈਟੀਟਿਊਡ ਤੇ ਲੌਂਗੀਟਿਊਡ ਨੂੰ ਜਿਹੜਾ ਦਿਖਾਉ ਕਰਦੇ ਹੈਗੇ ਆ ਜਾਂ ਦਰਸਾਉਂਦੇ ਹੈਗੇ ਆ ਨੈਕਸਟ ਹੈ 6 ਨੰਬਰ ਉਹ ਮਾਤਰਾ ਰੇਖਾ ਤੋਂ ਉੱਤਰ ਤੇ ਦੱਖਣ ਵੱਲ ਕਿੰਨੀਆਂ ਰੇਖਾਵਾਂ ਦੇ ਵਿੱਚ ਵੰਡਿਆ ਗਿਆ ਹੈ ਸੋ ਆਪਸ਼ਨ 1 ਹੈ ਜੀ 90 ਦੇ ਵਿੱਚ ਆਪਸ਼ਨ 2 ਹੈ 70 ਦੇ ਵਿੱਚ ਆਪਸ਼ਨ 3 ਹੈ 80 ਦੇ ਵਿੱਚ ਅਤੇ ਆਪਸ਼ਨ 4 ਹੈ 170 ਦੇ ਵਿੱਚ ਸੋ ਰਾਈਟ ਆਨਸਰ ਇਸ ਦਾ ਜੀ ਏ ਆਪਸ਼ਨ ਸੋ 90 ਰੇਖਾਵਾਂ ਦੇ ਵਿੱਚ ਵੰਡਿਆ ਗਿਆ ਹੈ ਸੋ ਗਲੋਬ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕੇ ਸੈਂਟਰ ਦੇ ਵਿੱਚ ਜੋ ਉੱਪਰ ਨੂੰ ਜਾਂਦੇ ਆ ਤਾਂ 90 ਰਖਾਵਾਂ ਜਿਹੜੀਆਂ ਉੱਪਰ ਨੂੰ ਮਿਲਣੀਆਂ 90 ਰਖਾਵਾਂ ਜਿਹੜੀਆਂ ਉਹ ਨੀਚੇ ਨਹੀਂ ਲੱਗਦੀਆਂ ਟੋਟਲ ਜਿਹੜਾ ਕਹਿ ਸਕਦੇ ਹਾਂ 180 ਬਣ ਜਾਂਦਾ ਹੈ ਔਰ ਵਿੱਚ ਇਕਵੇਟਰ ਲਾ ਕੇ ਇਸ ਨੂੰ ਅਸੀਂ 181 ਰਖਾਵਾਂ ਜਿਹੜੀਆਂ ਕਹਿੰਦੇ ਹੱਗੇਆਂਗੇ ਠੀਕ ਹੈ ਜੀ ਨੈਕਸਟ ਹੈ ਜੀ 7 ਨੰਬਰ பூமत्री ਰਖਾ ਕਿੰਨੇ ਡਿਗਰੀ ਕਾਂਸ਼ਸ ਤੇ ਦਿੱਸ ਦਿੱਤਾ ਹੈ ਸੋ ਆਪਸ਼ਨ 1 ਹੈ ਜੀ 90 ਡਿਗਰੀ ਆਪਸ਼ਨ 2 ਹੈ 70 ਡਿਗਰੀ ਆਪਸ਼ਨ 3 ਹੈ 60 ਡਿਗਰੀ ਅਤੇ ਆਪਸ਼ਨ 4 ਹੈ 0 ਡਿਗਰੀ सुकूमत रेखा जी बहुत ईजी टाइप का क्वेश्चन है और इसके न रिलट काफ़ी सारे जो क्वेश्चन आ जाते हैं तो यह जीरो डिग्री के उपर अवेलेबल है सेंटर के जो गुजरती है जी साइड अर्थ की ठीक है जी नैक्सट तो तो है।, so, है जी अठ नंबर आकाशश की हर डिग्री धरती उत्ती भी दूसरे आकाश तो किन्ने किलोमीटर की दूरी पर स्थित हों ऑप्शन एक है जी एक सौ दस किलोमीटर दप्शन दो है दो सौ किलोमीटर दप्शन तीन है एक सौ गया किलोमीटर की ऑप्शन ਚਾਰ ਹੈ ਜੀ 140 ਕਿਲੋਮੀਟਰ ਦੀ ਸੋ ਰਾਈਟ ਆਨਸਰ ਹੈ ਸਾਡਾ ਜੀ ਸੀ ਆਪਸ਼ਨ ਸੋ ਜਿਹੜੀ ਸਾਡੀ ਅਰਥ ਤੇ ਉੱਪਰ ਸਾਨੂੰ ਗਲੋਬਲ ਦੇਖਣ ਨੂੰ ਮਿਲਦਾ ਹੈ ਸੋ ਸੈਂਟਰ ਤੋਂ ਲੈ ਕੇ ਜਾਂ ਉੱਪਰ ਵੱਲ ਜਿੰਨੀਆਂ ਵੀ 90 ਰੇਖਾਂ ਮਿਲਣੀਆਂ ਸਨ ਵਿਚਲੀ ਜਿਹੜੀ 1 ਡਿਗਰੀ ਦੇ ਵਿੱਚ ਜਾਂ 1 ਰੇਖਾ ਦੇ ਜਿਹੜੀ ਦੂਰੀ ਆ ਉਹ 111 ਕਿਲੋਮੀਟਰ ਹੈ ਗਿਆ ਇੱਕ ਤੋਂ ਦੂਸਰੀ ਜਗ੍ਹਾ ਤੇ ਪਹੁੰਚਣ ਦੇ ਲਈ ਠੀਕ ਹੈ ਜੀ ਨੈਕਸਟ ਹੈ ਜੀ नो नंबर ग्रेट सर्कल किस रेखा नु कहा जाता है सो ऑप्शन एक है जी इक्वेटर नो ऑप्शन दो है ट्रॉपिक ऑफ कैंसर नो ऑप्शन तीन है ट्रॉपिक ऑफ कैप्रिकॉर्न नो ऑप्शन तीन है पोलर लाइन सो राइट आंसर इज द ए ऑप्शन सो इक्वेटर ਜਿਹੜੀ ਉਹ ਗ੍ਰੇਟ ਸਰਕਲ ਦੇ ਵਿੱਚ ਆਉਂਦੀ ਹੈ ਕਿਉਂਕਿ ਕਾਫੀ ਵਾਸਟ ਏਰੀਆ ਜਿਹੜਾ ਪਨਨਟਰੀ ਕਵਰ ਕਰਦੀ ਹੈ ਕਿਉਂਕਿ ਸੈਂਟਰ ਦੇ ਵਿੱਚੋਂ ਗੁਜ਼ਰਦੀ ਹੈਗੀ ਹੈ ਠੀਕ ਹੈ ਜਿਸ ਇਸ ਤਰੀਕੇ ਨਾਲ ਅਸੀਂ ਸਕੀਟਰ ਦੇ ਵਿੱਚ ਹੁਣ ਉਸੇ ਤਰੀਕੇ ਨਾਲ ਸਾਡੀ ਜਿਹੜੀ ਕਹਿ ਸਕਦੇ ਹਾਂ ਕਿਲੋਮੀਟਰ ਦੀ ਵਧ ਰਹੀਦੀ ਹੈ ਜਿੱਦਾਂ ਹੀ ਉੱਪਰ ਨੂੰ ਜਾਵਾਂਗੇ ਤਾਂ ਇਸ ਦੀ ਲੈਂਥ ਜਿਹੜੀ ਉਹ ਘੱਟਦੀ ਜਾਂਦੀ ਹੈ ਠੀਕ ਹੈ ਜੀ ਨੈਕਸਟ ਹੈ 10 ਨੰਬਰ ਮਹੱਤਮਪੂਰਨ ਅਕਾਸ਼ ਰೇಖಾಂಶ ਖਮ ਹਨ ਸੋ ਆਪਸ਼ਨ 1 ਹੈ ਜੀ ਪੂਮਾਧਰੀਕਾ ਜੋ ਕਿ 0 ਡਿਗਰੀ ਤੇ ਹੈ ਆਪਸ਼ਨ 2 ਹੈ ਕਰਕ੍ਰੀਕਾ ਜੋ ਕਿ 23.5 ਡਿਗਰੀ ਉੱਤਰ ਦੇ ਵਿੱਚ ਹੈ ਆਪਸ਼ਨ 3 ਹੈ ਮਕਰ ਰੇਖਾ ਜੋ ਕਿ 23.5 ਡਿਗਰੀ ਦੱਖਣ ਦੇ ਵਿੱਚ ਦਿੱਤਾ ਹੈ ਰਾਈਟ ਆਨਸਰ ਇਸ ਦਾ ਡੀ ਆਪਸ਼ਨ ਹੈ ਸੋ ਉਪਰੋਕਤ ਜਿਹੜੀਆਂ ਸਾਰੀਆਂ ਨੇ ਇਹ ਮਹੱਤਮਪੂਰਨ ਲੈਟੀਟਿਊਡ ਰੇਖਾਵਾਂ ਦੇ ਵਿੱਚ ਆਉਂਦੇ ਹੈਗੇ ਨੇ ਠੀਕ ਹੈ ਪੂਮਾਧਰੀਕਾ ਜੋ 0 ਡਿਗਰੀ ਤੇ ਆ ਜਾਂਦੀ ਹੈ ਕਰਕ ਰੇਖਾ ਜੋ ਤੇ 23 ਸਾਡੇ 23 ਡਿਗਰੀ ਤੇ ਉੱਤਰ ਦੇ ਵਿੱਚ ਆਂਦੀ ਆ ਮਕਰ ਦੇਖਾ ਜੋ ਸਾਡੇ ਤੇ 33 ਡਿਗਰੀ ਦੱਖਣ ਦੇ ਵਿੱਚ ਦਿੱਤ ਹੈ ਨੈਕਸਟ ਹੈ 11 ਨੰਬਰ ਪੂ ਮਾਤ੍ਰੀ ਖਤਾ ਕਿਰਾ ਕਿੰਨਾ ਹੈ ਸੋ ਆਪਸ਼ਨ 1 ਹੈ ਜੀ 40008 .29 ਕਿਲੋਮੀਟਰ ਆਪਸ਼ਨ 2 ਹੈ ਜੀ 40075.88 ਕਿਲੋਮੀਟਰ ਆਪਸ਼ਨ 3 ਹੈ ਜੀ 49000 ਸੋਰੀ 4 ਲੱਖ नब्बे हजार पॉइंट तीन लाख किलोमीटर अति आपन चार है जी तीन लाख नब्बे हज़ार पॉइंट तीन किलोमीटर सो so, राइट right आंसर है जी इसका बी ऑप्शन सो मध्य रेखा का जो घेरा गा पूरा सर्कल है वह चाली हज़ार सॉरी चार लख पचहत् पॉइंट अठासी किलोमीटर एरिया है so, सो सॉरी हज़ार चार लख ठीक है सो so, बी आंसर राइट है नैक्सट है जी ਬਰਾ ਨੰਬਰ ਜਦੋਂ ਕੋਈ ਵਿਅਕਤੀ ਪ੍ਰithvi ਤੇ ਖੜਾ ਹੁੰਦਾ ਹੈ ਤਾਂ ਉਸਦੇ ਪੈਰਾਂ ਹੇਠ ਪ੍ਰithvi ਅਤੀਸਰਤ ਨੂੰ ਮਲੌਂਦੀ ਹੋਈ ਜਿਹੜੀ ਰੇਖਾ ਖਿੱਚੀ ਜਾਂਦੀ ਹੈਗੀ ਆ ਜਿਸ ਬਿੰਦੂ ਤੇ ਆਕਾਸ਼ੀਸ਼ ਦੇ ਵਿੱਚ ਉਹ ਰੇਖਾ ਸਮਾਪਤ ਹੁੰਦੀ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਆਪਸ਼ਨ 1 ਹੈ ਜੀ ਜਿੰਤ ਜਾਂ ਸਿਖਰ ਬਿੰਦੂ ਆਪਸ਼ਨ 2 ਹੈ ਜੀ ਕੋਣਾਤਮਕ ਦੂਰੀ ਆਪਸ਼ਨ 3 ਹੈ ਭੂਮਧਰੀਕਾ ਅਤੇ ਆਪਸ਼ਨ 4 ਹੈ ਉਪਰੋਕਤ ਦੇ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਜਿਸ ਦਾ ਇਹ ਆਪਸ਼ਨਸ ਜਦੋਂ ਕੋਈ ਵਿਅਕਤੀ ਧਰਤੀ ਦੇ ਉੱਪਰ ਖੜਾ ਹੁੰਦਾ ਹੈ ਔਰ ਉਸਦੇ ਪੈਰ ਜਿਹੜੇ ਉਹ ਧਰਤੀ ਦੇ ਹੀਟਾ ਕਹਿ ਸਕਦੇ ਹਨ ਹੇਠਾ ਹੁੰਦੇ ਹੈਗੇ ਹੈ ਐਂਡ ਸਿਰ ਤੋਂ ਜਿਹੜੀ ਰੇਖਾ ਮਲੋਂਦੀ ਹੈਗੀ ਅਗੀ ਖਿੱਚੀ ਜਾਂਦੀ ਹੈ ਜੋ ਬਿੰਦੂ ਪੁਆਇੰਟ ਤੋਂ ਠੀਕ ਹੈ ਜੋ ਕਾਸ਼ਿਸ਼ ਰੇਖਾਵਾਂ ਦੇ ਨਾਲ ਸਮਾਪਤ ਹੁੰਦੀ ਹੈ ਤੋ ਉਸ ਨੂੰ ਅਸੀਂ ਜੀਨਥ ਜਾਂ ਸਿਖਰ ਬਿੰਦੂ ਦੇ ਨਾਮ ਨਾਲ ਜਾਣਦੇ ਹੈਗੇ ਆਂ ਨੈਕਸਟ ਹੈ 13 ਨੰਬਰ ਚੰਡੀਗੜ੍ਹ ਦੀ ਕਾਸ਼ਿਸ਼ ਸਥਿਤੀ ਕੀ ਹੈ ਸੋ ਆਪਸ਼ਨ 1 ਹੈ ਜੀ 30 ਡਿਗਰੀ तेई मिनट ऑप्शन दो है तीह डिग्री बयाली मिनट ऑप्शन तीन है चाली डिग्री बारह मिनट ऑप्शन चार है जी चौबीस डिग्री तेरह मिनट so, right सो राइट आंसर है जिसका भी ऑप्शन सो चंडगढ़ की जीकाश स्थिति हैगी तीह डिग्री बयाली मिनट के उपर स्थित हैगी सो so, जो अभी ग्लोब के दे उपर देखते दे हैं इस नैक्सट है जी 14 ਨੰਬਰ ਗਲੋਬ ਉੱਪਰ ਪੂਰਬ ਤੋਂ ਪੱਛਮ ਵਿਚਲੀਆਂ ਰੇਖਾਵਾਂ ਨੂੰ ਕੀ ਕਿਹਾ ਜਾਂਦਾ ਹੈ ਸੋ ਆਪਸ਼ਨ 1 ਹੈ ਜੀ ਕਾਂਸ਼ਿਸ਼ ਆਪਸ਼ਨ 2 ਹੈ ਦੇਸ਼ਾਂਤਰ ਆਪਸ਼ਨ 3 ਹੈ ਉਹ ਮਦਰੀਕਾ ਤੇ ਆਪਸ਼ਨ 4 ਹੈ ਮੁੱਖ ਮੱਧਮ ਅੰਡਿਕਾ ਰਾਈਟ ਆਨਸਰ ਇਸ ਤਾਂ ਬੀ ਆਪਸ਼ਨ ਸੋ ਗਲੋਬ ਦੇ ਵਿੱਚ ਜਿਹੜੀਆਂ ਰੇਖਾਵਾਂ ਅਸੀਂ ਪੂਰਬ ਤੋਂ ਪੱਛਮ ਦੇ ਵਿੱਚ ਦੇਖਦੇ ਹੈਗੇਾਂਗੇ ਸੋ ਸਾਨੂੰ ਅਸੀਂ ਲੌਂਗੀਟਿਊਡ ਜਾਂ ਦੇਸ਼ਾਂਤਰ ਦੇ ਵਿੱਚ ਪ੍ਰੈਜ਼ੈਂਟ ਕਰਦੇ ਹਾਂ ਨੈਕਸਟ ਹੈ 15 ਨੰਬਰ ਦੇਸ਼ਾਂਤ ਰੇਖਾਵਾਂ ਦੀ ਗਿਣਤੀ ਕਿੰਨੀ ਹੈ ਸੋ ਆਪਸ਼ਨ 1 ਹੈ ਜੀ 180 ਆਪਸ਼ਨ 2 ਹੈ 190 ਆਪਸ਼ਨ 3 ਹੈ 360 ਅਤੇ ਆਪਸ਼ਨ 4 ਹੈ 80 ਟਰਾਈਟ ਆਨਸਰ ਹੈ ਜੀ ਇਸ ਦਾ ਸੀ ਆਪਸ਼ਨ ਸੋ 360 ਰੇਖਾਵਾਂ ਦੇ ਵਿੱਚ ਇਸ ਨੂੰ ਡਿਵਾਈਡ ਕੀਤਾ ਗਿਆ ਹੈ ਜਦ ਅਸੀਂ ਇਸ ਨੂੰ ਦੇਖਦੇ ਹਾਂ ਗਲੋਬ ਦੇ ਵਿੱਚ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜੋ ਰੇਖਾਵਾਂ ਹੁੰਦੀਆਂ ਨੇ ਉਸ ਨੂੰ ਅਸੀਂ ਦੇਸ਼ਾਂਤ ਲੰਗਿਟਿਊਡ ਕਹਿੰਦੇ ਹੈਗੇ ਆਂਗੇ ਸੋ ਇਹ ਰੇਖਾਵਾਂ ਜੋ ਜਦੋਂ ਇਹ ਦੇਖਦੇ ਹਾਂ ਸੋ ਇੱਕ ਦੇ ਵਿੱਚ ਠੀਕ ਹੈ ਟੋਟਲ ਜਿਹੜੀਆਂ ਪੂਰੇ ਦੇ ਪੂਰੇ ਗਲੋਬ ਦੇ ਵਿੱਚ ਸਾਨੂੰ 360 ਦੇਖਣ ਨੂੰ ਮਿਲਦੀ ਹੈ ਹੈ ਅਗਰ ਇਸ ਨੂੰ ਵਿੱਚ ਦੇ ਇਸ ਦੇ ਵਿੱਚ ਮੁੱਖ ਮੱਧਮਾ ਰੇਖਾ ਲਾਉਣੇ ਹੈਗੇ ਆਗੇ ਤਾਂ ਇਸ ਦੇ ਨਾਲ 361 ਇਹ ਬਣ ਜਾਂਦੀ ਹੈ ਹੈ ਜੋ ਕਿ 0 ਡਿਗਰੀ ਤੋਂ ਸਟਾਰਟ ਹੁੰਦੀ ਹੈ ਠੀਕ ਹੈ ਬਟ ਰਾਈਟ ਜਿਹੜਾ ਅਨਸਰ ਹੈ ਉਹ 360 ਹੈ ਕਿਉਂਕਿ ਟੋਟਲ ਜਿਹੜੀਆਂ ਹੈ 360 ਨੇ 360 ਕੋਣਾਂ ਦੇ ਵਿੱਚ ਅਸੀਂ ਡਿਵਾਈਡ ਕੀਤਾ ਹੋਇਆ ਹੈ ਨੈਕਸਟ ਹੈ 16 ਨੰਬਰ ਆਕਾਸ਼ ਸ਼੍ਰੀ ਖੰਮਾਂ ਦੀ ਗਿਣਤੀ ਕਿੰਨੀ ਹੈ অপਸ਼ਨ 1 ਹੈ ਜੀ 181 অপਸ਼ਨ 2 ਹੈ 180 অপਸ਼ਨ 3 ਹੈ 90 ਅਤੇ অপਸ਼ਨ 4 ਹੈ 70 ਰਾਈਟ ਆਨਸਰ ਇਸ ਦਾ ਬੀ ਆਪਸ਼ਨ ਸੋ 180 ਜਿਹੜੀਆਂ ਆਕਾਸ਼ੀ ਰೇಖਾਵਾਂ ਨੇ ਅਗਰ ਭੂਮਾ ਤ੍ਰਿਕਾਂ ਨੂੰ ਇਸ ਦੇ ਵਿੱਚ ਅਸੀਂ ਇਨਕਲੂਡ ਕਰਾਂਗੇ ਤਾਂ 181 ਜਿਹੜੀਆਂ ਰೇಖਾਵਾਂ ਉਹ ਬਣ ਜਾਂਦੀਆਂ ਹੈਗੀਆਂ ਨੇ ਨੈਕਸਟ ਹੈ 17 ਨੰਬਰ ਮੁੱਖ ਮੱਧਮਾ ਰੇਖਾ ਗਲੋਬ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਦੀ ਹੈ ਸੋ ਆਪਸ਼ਨ 1 ਹੈ ਜੀ 4 ਦੇ ਵਿੱਚ ਆਪਸ਼ਨ 2 ਹੈ 3 ਦੇ ਵਿੱਚ ਆਪਸ਼ਨ 3 ਹੈ 5 ਭਾਗਾਂ ਦੇ ਵਿੱਚ ਅਤੇ ਆਪਸ਼ਨ 4 ਹੈ 2 ਭਾਗਾਂ ਦੇ ਵਿੱਚ ਰਾਈਟ ਆਨਸਰ ਇਸ ਦਾ ਡੀ ਆਪਸ਼ਨ ਸੋ ਮੁੱਖ ਮੱਧਮਾ ਰੇਖਾ ਜਿਹੜੀ ਹੈ ਗਲੋਬ ਨੂੰ ਪਾਣਦੀ ਹੈ ਦੋ ਪਾਗਾਂ ਦੇ ਵਿੱਚ ਠੀਕ ਹੈ ਇਸ ਨੂੰ ਅਸੀਂ ਈਸਟਰਨ ਪਾਰਟ ਕਹਿੰਦੇ ਨੇ ਹੈਗੀਆਂ ਔਰ ਇਸ ਨੂੰ ਅਸੀਂ ਵੈਸਟਰਨ ਪਾਰਟ ਕਹਿੰਦੇ ਹਾਂ ਭੂਮਧਰੀ ਖਜੜੀ ਹੈਗੀ ਉਹ ਸਾਡੇ ਅਰਥ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕਰਦੀ ਹੈ ਇੱਕ ਨਦਰਨ ਪਾਈਟ ਨੂੰ ਔਰ ਦੂਸਰਾ ਹੈ ਸਦਰਨ ਪਾਈਟ ਠੀਕ ਹੈ ਸੋ ਚਾਰ ਪਾਰਟ ਦੇ ਵਿੱਚ ਇਹ ਪੂਰੇ ਦੇ ਪੂਰੀ ਜਿਹੜਾ ਡਿਵਾਈਡ ਕਰ ਦਿੰਦੀ ਹੈ ਇਕਵੇਟਰ ਅਤੇ ਮੁੱਖ ਮਦਮਾ ਰੇਖਾ ਜਿਹੜੀ ਹੈ ਨੈਕਸਟ ਹੈ 18 ਨੰਬਰ ਦੇਸ਼ਾਂਤਰ ਰੇਖਾਵਾਂ ਦੀ ਦੂਰੀ ਭੂਮਧਰੀ ਰੇਖਾ ਉੱਤੇ ਆਪਸ ਦੇ ਵਿੱਚ ਕਿੰਨੀ ਦੂਰੀ ਹੈ सो ऑप्शन एक है जी एक सौ गया किलोमीटर ऑप्शन दो है एक सौ पलोमीटर आपन तीन है एक सौ अस्सी किलोमीटर और अपशन चार है दो सौ तीन किलोमीटर so, सो देशा तर रेखाव की जी दूरी है भूमद रेखा के उत्ते आपस के दूरी हैगी दूसरे तो कि दूरी उपर स्थित होंगी है, है तो राइट आंसर इस तरह य एक सौ ग्यारह किलोमीटर की जी कहते हैं दूरी के उपर स्थित होंदियां काशिश ठीक है जो कि अं कह सकते हैं इन्हें बिजली दोनों साइड तो इस साइड तो भी एक सौ गया और एक साइड भी एक सौ किलोमीटर ਨੈਕਸਟ ਹੈ 19 ਨੰਬਰ 1 ਡਿਗਰੀ ਦੇਸ਼ਤਰ ਕਿੰਨੇ ਮਿੰਟਾਂ ਵਿੱਚ ਪਾਰ ਹੁੰਦੀ ਹੈ ਸੋ ਆਪਸ਼ਨ 1 ਹੈ ਜੀ 5 ਮਿੰਟਾਂ ਦੇ ਵਿੱਚ ਆਪਸ਼ਨ 2 ਹੈ 4 ਮਿੰਟਾਂ ਦੇ ਵਿੱਚ ਆਪਸ਼ਨ 3 ਹੈ 10 ਮਿੰਟਾਂ ਦੇ ਵਿੱਚ ਅਤੇ ਆਪਸ਼ਨ 4 ਹੈ 9 ਮਿੰਟਾਂ ਦੇ ਵਿੱਚ ਸੋ ਰਾਈਟ ਆਨਸਰ ਇਸ ਦਾ ਬੀ ਆਪਸ਼ਨ ਸੋ 4 ਮਿੰਟਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਪੂਰੀ ਪਾਰ ਹੁੰਦੀ ਹੈਗੀ ਆ 1 ਡਿਗਰੀ ਦੇਸ਼ਤਰ ਠੀਕ ਹੈ ਜੀ ਨੈਕਸਟ ਹੈ ਬੀ ਬੀ ਨੰਬਰ ਪੁੱਛਨ ਸੌਰੀ ਇੱਕ ਘੰਟੇ ਦੇ ਵਿੱਚ ਕਿੰਨੇ ਦੇਸ਼ਾਂਤਰ ਜਿਹੜੀਆਂ ਰਿਖਾਵਾਂ ਉਹ ਪਾਰ ਹੁੰਦੀਆਂ ਹਨ ਸੋ ਆਪਸ਼ਨ 1 ਹੈ ਜੀ 17 ਆਪਸ਼ਨ 2 ਹੈ b ਆਪਸ਼ਨ 3 ਹੈ 15 ਅਤੇ ਆਪਸ਼ਨ 4 ਹੈ 30 ਇੱਕ ਘੰਟੇ ਦੇ ਵਿੱਚ ਕਿੰਨੀਆਂ ਦੇਸ਼ਾਂਤਰ ਰਿਖਾਵਾਂ ਪਾਰ ਹੁੰਦੀਆਂ ਨੇ ਤਾਂ ਰਾਈਟ ਆਨਸਰ ਇਸ ਦਾ c ਆਪਸ਼ਨ ਸੋ so, 15 ਰਿਖਾਵਾਂ ਜਿਹੜੀਆਂ ਉਹ ਪਾਰ ਹੋ ਜਾਂਦੀਆਂ ਨੇ ਦੇਸ਼ਾਂਤਰ ਰਿਖਾਵਾਂ ਇੱਕ ਘੰਟੇ ਦੇ ਵਿੱਚ ਠੀਕ ਹੈ ਜਦੋਂ ਅਸੀਂ ਪੂਰਾ ਅਸੀਂ 360 ਦੇ ਵਿੱਚ ਡਿਵਾਈਡ ਕਰਦੇ ਹਾਂ ਤਾਂ 24 ਘੰਟਿਆਂ ਦੇ ਵਿੱਚ ਇਹ ਪੂਰਾ ਸਰਕਲ ਆਪਣਾ ਪੂਰਾ ਕਰ ਲੈਂਦੀ ਹੈਗੀ तो थैंक यू जी सो व्हाट्सएप ग्रुप ज्वाइन करने इस नंबर के उपर जो कॉन्टैक्ट कर सकते हो जिते तुम्हें सारे पी डी एफ्स मिली रहने और ऑनलाइन टैस जो अवेलेबल हो गए सो वीडियो लाइक करना शेयर करना और कमेंट सैशन के अपने सुझाव देने तुम ना भूलिया करो और जो विद्यार्थी नवे से चैनल में सबसक्राइब करना ना भूल्यो थैंक यू सो मच